ਇੰਨੀ ਗੱਲ ਮੇਰੀ ਸਮਝ ਲਓ, ਕੋਈ ਗੁਸਤਾਖ ਜਦੋਂ ਗੁਸਤਾਖੀ ਕਰੇ ਨਾ ਤੇ ਫੌਰਨ ਪਾਕਿਸਤਾਨ ਦੇ ਮੌਲਵੀਆਂ ਨੂੰ ਦੱਸ ਦਿਆ ਕਰੋ, ਇਹਨਾਂ ਕੋਲ ਨੁਸਖਾ ਕੀਮਿਆ ਏ। ਗੁਸਤਾਖ ਹੋ ਜਾਂਦਾ ਪਲੀਤ, ਉਹਨੂੰ ਪਾਕ ਕਰਨ ਦਾ ਐਸਾ ਨੁਸਖਾ ਇਹਨਾਂ ਕੋਲ ਜਿਹੜਾ ਦੁਨੀਆ 'ਚ ਕਿਸੇ ਕੋਲ ਵੀ ਨਹੀਂ। ਇਹ ਉਹ ਨੁਸਖਾ ਲਾਉਂਦੇ ਨੇ, ਉਹ ਗੁਸਤਾਖ ਤੌਬਾ ਤੋਂ ਬਗੈਰ ਪਾਕ ਹੋ ਜਾਂਦਾ। ਕਸਮੀਆ ਗੱਲ ਏ, ਮੈਂ ਤੈਨੂੰ ਮੈਂ ਹੁਣੇ ਹੀ ਵੇਖੀ, ਹੁਣੇ ਹੀ ਦੱਸਣਾ। ਬੜਾ ਨੁਸਖਾ ਇਹਨਾਂ ਕੋਲ, ਬੜੇ ਜਾਬਿਰ ਲੋਕ ਨੇ ਹਿਕਮਤ ਵਿੱਚ। 2003 'ਚ ਅਸੀਂ ਛੋਟੇ ਛੋਟੇ ਸਾਂ, ਉਦੋਂ ਇਹਨੇ ਵੀ ਛੋਟੇ ਨਹੀਂ ਸਾਂ, 13-14 ਸਾਲ ਉਮਰ ਸੀ ਮੇਰੀ। ਉਦੋਂ ਦੀ ਮੈਸੇਜ ਫਿਲਮ ਬਣੀ ਸੀ ਨਾ, ਫਿਲਮਾਂ ਬਣੀਆਂ ਸਨ ਪੈਗੰਬਰਾਂ ਦੀਆਂ, ਉਦੋਂ ਫਿਲਮਾਂ ਬਣੀਆਂ। ਅਸੀਂ ਵੇਖਿਆ ਕੇਬਲ ਵਾਲਿਆਂ ਲਾਉਣੀਆਂ ਖੋਖਿਆਂ ਦੇ ਉੱਤੇ, ਪਾਨਾਂ ਵਾਲਿਆਂ 'ਤੇ, ਬੋਤਲਾਂ ਵਾਲਿਆਂ, ਸਿਗਰਟਾਂ ਵਾਲਿਆਂ ਫਿਲਮਾਂ ਲਾਉਣੀਆਂ। ਅਮਰੀਕਾ ਵਾਲਿਆਂ ਬਣਾਈਆਂ ਸਨ, ਉਹ ਗੁਸਤਾਖੀ ਸੀ ਨਬੀਆਂ ਦੀ। ਉਹ ਮਾਂ 'ਤੇ ਚੜ੍ਹਨ ਵਾਲਾ ਆਖਿਆ ਮੈਂ ਯੂਸਫ ਅਲੀ ਇਸਲਾਮ 'ਤੇ ਤੋਹੀਨ ਨਹੀਂ। ਉਦੋਂ ਕੇਬਲ 'ਤੇ ਚੱਲਣੀ ਤਾਂ ਮੌਲਵੀਆਂ ਇਹਤਜਾਜ ਕਰਕੇ ਜਨਾਬ, ਉਦੋਂ ਖੂਬ ਸੜਕਾਂ ਭੰਨੀਆਂ, ਦੁਕਾਨਾਂ ਤੋੜੀਆਂ, ਰਕਸ਼ੇ ਤੋੜੇ, ਬੰਦਿਆਂ ਦੇ ਸਿਰ ਖੋਲੇ। ਮੇਰੀ ਗੱਲ ਸਮਝ ਰਹੇ ਹੋ ਕਿ ਨਹੀਂ? ਬੱਚਿਆਂ ਨਾਲ ਬੱਚੇ ਨਾ ਬਣੋ, ਮੇਰੇ ਵੱਲ ਧਿਆਨ ਰੱਖੋ ਤੁਸੀਂ। ਉਦੋਂ ਜਨਾਬ ਖੂਬ ਇਹ ਹੰਗਾਮਾ ਰਾਈ ਹੋਈ। ਹੰਗਾਮਾ ਰਾਈ ਦਾ ਨਤੀਜਾ ਕੀ ਨਿਕਲਿਆ? ਜਦੋਂ ਮੌਲਵੀਆਂ ਹੰਗਾਮਾ ਕਰ ਲਿਆ, ਫਿਰ ਅਮਰੀਕਾ ਵਾਲਿਆਂ ਦੀ ਇਕੱਲੀ ਫਿਲਮ ਨਹੀਂ, ਤਾਲੀਮ ਵੀ ਜਾਇਜ਼, ਛੁੱਟੀ ਇਤਵਾਰ ਵਾਲੀ ਵੀ ਜਾਇਜ਼, ਪੈਂਟ ਵਾਲੀ ਵਰਦੀ ਵੀ ਜਾਇਜ਼, ਸੂਦ ਬੈਂਕ ਵਾਲਾ ਜਾਇਜ਼, ਹਕੂਮਤ 'ਚ, ਨੈਸ਼ਨਲ ਅਸੈਂਬਲੀ 'ਚ, ਬ੍ਰਿਟਿਸ਼ ਲਾ ਜਾਇਜ਼, ਸਾਰਾ ਕੁਛ ਚੱਲਦਾ ਪਿਆ। ਇਹ ਹੁਣੇ ਹੁਣ ਵੀ ਵੇਖ ਲਓ, ਹੁਣ ਪਾਕ ਹੋ ਗਏ ਨਾ, ਜਦੋਂ ਉਹਨਾਂ ਦੇ ਖਿਲਾਫ ਅਸੀਂ ਆਪਣੇ ਮੁਲਕ 'ਚ ਦੁਕਾਨਾਂ ਤੋੜ ਲਈਆਂ ਨੇ, ਉਹ ਹੋ ਗਏ ਨੇ ਪਾਕ। ਹੁਣ ਉਹੀ ਫਿਲਮਾਂ ਪੁਰਾਣੀਆਂ ਬਣੀਆਂ ਨੈੱਟ 'ਤੇ ਚੱਲਣ ਲਈਆਂ ਨੇ। ਔਰ ਜਨਾਬ ਮੈਂ ਇਸੇ ਰਮਜ਼ਾਨ ਸ਼ਰੀਫ ਸਿਆਲਕੋਟ ਇੱਕ ਹੋਟਲ 'ਤੇ ਅਸੀਂ ਗਏ ਹਾਂ, ਉੱਥੇ ਫਿਲਮ ਲੱਗੀ, ਮੈਂ ਕਿਹਾ ਕਿ ਉਹਨੇ ਕਿਹਾ ਯਾਕੂਬ ਅਲੈਹਿ ਸਲਾਮ ਦੀ ਫਿਲਮ ਹੈ। ਅਸੀਂ ਉੱਠ ਕੇ ਬਾਹਰ ਆ ਗਏ, ਅੰਦਾਜ਼ਾ ਕਰ ਉਹ ਚੱਲ ਰਹੀਆਂ ਨੇ। ਕਿਉਂ? ਕਿ ਉਹਨਾਂ ਨੂੰ ਅਸੀਂ ਪਾਕ ਕਰ ਲਿਆ। ਹੁਣ ਮਸਲਾ ਸੀ ਫਰਾਂਸ ਵਾਲਾ, ਜਦੋਂ ਫਰਾਂਸ ਵਾਲਾ ਮਸਲਾ ਸੀ ਤੇ ਫਰਾਂਸ ਨੇ ਨਬੀ ਪਾਕ ਦੀ ਕੀਤੀ ਤੋਹੀਨ, ਹੁਣ ਹਜ਼ੂਰ ਦੀ ਗੁਸਤਾਖੀ, ਤੇ ਗੁਸਤਾਖ ਇਹਨਾਂ ਨੂੰ ਬਰਦਾਸ਼ਤ ਨਹੀਂ ਹੋ ਸਕਦਾ। ਇਹਨਾਂ ਨੇ ਫਿਰ ਕੀ ਕੀਤਾ? ਇਹਨਾਂ ਨੇ ਫਿਰ ਸੜਕਾਂ ਤੋੜੀਆਂ, ਇਹਨਾਂ ਫਿਰ ਗੱਡੀਆਂ ਰੋਕੀਆਂ, ਫਿਰ ਦੁਕਾਨਾਂ ਭੰਨੀਆਂ, ਸਾਰਾ ਕੁਛ ਕੀਤਾ। ਕਾਹਦੇ ਵਾਸਤੇ? ਤਾਂ ਕਿ ਫਰਾਂਸ ਵੀ ਪਾਕ ਹੋ ਜਾਏ। ਫਿਰ ਕੀਤਾ ਉਹਨਾਂ ਨੇ, ਉਦੋਂ ਇੰਝ ਫਰਾਂਸ ਪਲੀਤ ਹੋ ਗਿਆ ਸੀ ਉਹਨਾਂ ਦਿਨਾਂ 'ਚ, ਕਿ ਫਰਾਂਸ ਦੀ ਜੇ ਹਮਾਇਤ ਕਰਨੀ ਸੀ ਜਾਂ ਨਹੀਂ ਸੀ ਕਰਨੀ, ਸਿਰਫ ਗੱਡੀਆਂ ਹੀ ਖੋਲਣੀਆਂ ਸਨ, ਤੇ ਜੇ ਕੋਈ ਪੁਲਿਸ ਵਾਲਾ ਵੀ ਅੱਗੇ ਆ ਗਿਆ ਨਾ ਕਿ ਗੱਡੀਆਂ ਖੋਲ ਦਿਓ, ਇਹਨਾਂ ਨੇ ਉਹਨੂੰ ਵੀ ਘੁੱਟ 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 ਕੇ ਪੇਂਜ ਕੱਢ ਛੱਡੀ। ਕਿਉਂ? ਤੂੰ ਪਲੀਤ ਹੈ, ਗੁਸਤਾਖ ਹੈ, ਗੁਸਤਾਖਾਂ ਦੀ ਹਮਾਇਤ ਕਰਨ ਦੇ। ਬਸ ਜਦੋਂ ਉਹ ਇਹਨਾਂ ਦਾ ਫਰਜ਼ ਅਦਾ ਹੋ ਗਿਆ, ਗੱਡੀਆਂ ਗੁੱਡੀਆਂ ਭੰਨ ਭੁੱਲ ਲਈਆਂ ਨੇ, ਹੁਣ ਫਰਾਂਸ ਇੰਜ ਪਾਕ ਹੋ ਗਿਆ ਕਿ ਫਰਾਂਸ ਦਾ ਸਫੀਰ ਵੀ ਇੱਥੇ ਹੀ ਹੈ। ਦੁਨੀਆ 'ਚ ਜੀਣ ਦੇ ਕਾਬਿਲ ਨਹੀਂ ਸਨ, ਉਹ ਅੱਜ ਸ਼ਰੀ ਫੈਸਲੇ ਦੇਣ ਦੇ ਹਲ ਹੋ ਗਏ ਨੇ। ਇਹ ਉਹ ਪਾਕ ਹੋ ਗਏ ਨੇ ਯਾ ਤੂੰ ਉਮਤ ਨਾਲ ਮੁਨਾਸਕਤ ਪਿਆ ਕਰਨੇ? ਉਹ ਭੋਲਿਆ ਕਿਉਂ ਨਚਾਨੇ, ਕਿਉਂ ਨਚਾਨੇ? ਭੋਲੀ ਆਵਾਮ ਨੂੰ ਤੇਰੇ ਥੱਲੇ ਨਾਲ ਕਾਫਰ ਪਾਕ ਨਹੀਂ ਹੋ ਸਕਦਾ। ਕਿੰਨਾ ਹੀ ਥੱਲਾ ਇਸਲਾਮ ਹੈ, ਇਹ ਤੇ ਫਿਲਮੀ ਐਕਸ਼ਨ ਹੈ। ਆਪਣਾ ਇਸਲਾਮ ਦੇ ਅੰਦਰ ਇਹਤਜਾਜ ਨਹੀਂ ਹੁੰਦਾ, ਇਸਲਾਮ ਨਾਰੇ ਤਕਬੀਰ ਜਿਹੜਾ ਤਾਕਤ ਨਾਲ ਹੁੰਦਾ ਹੈ, ਤਾਕਤ ਨਾਲ। ਔਰ ਇਸਲਾਮ ਮੁਸਾਫਰਾਂ ਦਾ ਰਾਹ ਬੰਦ ਨਹੀਂ ਕਰਦਾ, ਕਾਫਰਾਂ ਦਾ ਰਾਹ ਬੰਦ ਕਰਦਾ। ਕਾਫਰਾਂ ਦੇ ਰਾਹ ਖੁੱਲੇ ਨੇ, ਖੁੱਲੇ ਨੇ ਕਿ ਨਹੀਂ? ਉਹਨਾਂ ਦੇ ਰਾਹ ਖੁੱਲੇ ਨੇ, ਤੇ ਮੁਸਾਫਰਾਂ ਨੂੰ ਤੋਹੀਨ ਹੋ ਗਈ ਏ। ਫਿਟੇ ਮੂੰਹ ਬੋਲ ਸੁਭਾਨ ਅੱਲਾਹ। ਕਹਿਤਾ ਹੂੰ ਵਹੀ ਬਾਤ ਸਮਝਤਾ ਹੂੰ ਜਿਸੇ ਹੱਕ ਨੇ ਅਬਲੇ ਮਸਜਿਦ ਹੂੰ ਨਾ ਤਹਜ਼ੀਬ ਕਾ ਫਰਜ਼ੰਦ, ਆਪਣੇ ਹੈ ਖਫਾ ਮੁਝ ਸੇ ਤੋ ਬੇਗਾਨ ਹੈ ਬਿਨਾ ਖੁਸ਼, ਕਿ ਜ਼ਹਰ ਇਲਾਹਿਲ ਕੋ ਕਭੀ ਕਹਿ ਨਾ ਸਕਾ ਕੰਦ।